ਪਤਾ ਨਹੀਂ ਕਿੱਥੇ ਗਈ ਬਲਜੀਤ, ਮੈਂ ਲੱਸੀ ਪੀਨੇ ਫਿਰ ਜਾਣਾ ਹੈ ਪਿਆਲੀਆਂ ਨੂੰ। ਭਾਜੀ ਉਹ ਗੱਡੀ ਦੀ ਚਾਬੀ ਚਾਹੀਦੀ ਸੀ। ਅਮਨ ਗੱਡੀ ਚਾਬੀ ਉੱਥੇ ਟੰਗੀ ਹੁੰਦੀ ਆ? ਮੈਂ ਦੇਖੀ ਉੱਥੇ ਤਾਂ ਹੈ ਨਹੀਂ। ਹੈ ਨਹੀਂ? ਨਹੀਂ, ਆਯੂ ਆ ਲੈ। ਨਾ ਜੀ ਸਰਦਾਰ ਸਾਹਿਬ ਦੀ ਕਿੱਥੇ ਤਿਆਰੀ, ਉਹ ਆਪਣੇ ਦੋਸਤਾਂ ਨਾਲ ਚੱਲੇ ਹੀ ਮਾੜਾ ਜਿਹਾ ਬਾਜ਼ਾਰ। ਨਹੀਂ ਕੀ ਹੋ ਗਿਆ ਤੈਨੂੰ ਯਾਰ, ਹੱਦ ਹੁੰਦੀ ਆ ਬਸ਼ਰਮੀ ਦੀ ਵੀ। ਕਿੰਨੀ ਵਾਰੀ ਕਿਹਾ ਵਾ ਵੀ ਮੇਰੀ ਗੱਡੀ ਨਾ ਖੜਿਆ ਕਰ, ਨਾ ਖੜਿਆ ਕਰ, ਤਾਂ ਤੇਲ। ਨਹੀਂ ਉਹਨੂੰ ਕੀ ਆਖਣ ਦੀ ਆ, ਮੰਨਾ ਤੇਰੇ ਛੋਟੇ ਭਰਾ ਵਰਗਾ, ਉਹਨੂੰ ਕਿਹਾ ਜਾ ਕੇ? ਨਹੀਂ ਦੀਦੀ ਮੇਰੀ ਗੱਲ ਸੁਣੋ, ਜਦੋਂ ਜਾਂਦੇ ਆ ਗੱਡੀ ਲੈ ਕੇ ਤਾਂ ਤੇਲ ਪਵਾ ਹੀ ਦਿੰਦੇ ਆ, ਆ ਤੇਲ ਵਾਲੀ ਕਿਹੜੀ ਗੱਲ ਹੋ ਗਈ। ਤੇਲ ਤਾਂ ਤੁਸੀਂ ਪਵਾ ਦੋਗੇ, ਉਹ ਤਾਂ ਤੁਸੀਂ ਆਪ ਆਉਣਾ ਜਾਣਾ ਤਾਂ ਤੁਸੀਂ ਪਾਉਂਦੇ ਜੇ, ਉਦਾਂ ਖਲੋਤੀ ਰਵੇ ਨਾ ਕਿਤੇ ਮਾਸਾ ਤੇਲ ਨਹੀਂ ਵਿੱਚ ਹੁੰਦਾ, ਤੇ ਜਿਹੜੀ ਗੱਡੀ ਦੀ ਇੰਨੀ ਘਸਾਈ ਹੁੰਦੀ ਆ ਉਹ ਕਿੰਨੇ ਦੇਣੀ ਆ। ਸਰਵਿਸ ਕਦੀ ਉਹਦੀ ਕਰਾਈ ਨਹੀਂ, ਆ ਮਗਰ ਦੀ ਲਾਈਟ ਟੁੱਟੀ ਆ ਉਹ ਵੀ ਨਹੀਂ ਕਿਤੇ ਸਹੀ ਕਰਾਈ, ਜਿੱਥੇ ਨਾ ਮਰਜ਼ੀ ਮਾਰ ਦਿੰਦਾ ਵਾ। ਭਾਜੀ ਆ ਸੁਣ ਲਓ ਦੀਦ ਦੀਆਂ ਗੱਲਾਂ। ਚੱਲ ਮੈਂ ਤੂੰ ਇਹਦੀਆਂ ਗੱਲਾਂ ਦਾ ਗੁੱਸਾ ਕਰ, ਜਾ ਤੇ ਚਾਬੀ ਦੇ ਜਾ ਕੇ ਮੰਨੇ। ਮੈਂ ਸਸਰੀ ਗੱਲਾਂ ਕਰਨੀ, ਤੁਹਾਨੂੰ ਕਾਹਦਾ ਗੁੱਸਾ ਲੱਗਦਾ, ਇਹ 'ਚ ਕੋਈ ਗੁੱਸਾ ਨਹੀਂ ਹੈਗਾ। ਜੇ ਤੁਹਾਡੀ ਵੀ ਚੀਜ਼ ਆ ਜੇ ਅਸੀਂ ਖੜਾਂਗੇ, ਤੇਲ ਤਾਂ ਅਸੀਂ ਪਵਾ ਹੀ ਲੈਣਾ ਵਾ, ਪਰ ਜਿਹੜੀ ਇੰਨੀ ਘਸਾਈ ਹੁੰਦੀ ਆ ਤਾਂ ਫਿਰ। ਨਹੀਂ ਦੀਦੀ ਤੁਸੀਂ ਫੇਰ ਇਹਨਾਂ ਨੂੰ ਹੀ ਕਹੋ ਨਾ, ਮੈਨੂੰ ਕਾਹਤੋਂ ਕਹਿੰਦੇ ਤੁਸੀਂ ਫੇਰ। ਅੱਜ ਕੱਲ੍ਹ ਦੀਆਂ ਕੁੜੀਆਂ ਦੀ ਨਾ ਐਡੀ ਐਡੀ ਲੰਮੀ ਜ਼ੁਬਾਨ ਵਾ, ਕਿਤੇ ਮਾਸਾ ਲਿਹਾਜ਼ ਨਹੀਂ ਹੈਗਾ ਵੀ ਜਾਂ ਇਹ ਮੇਰੀ ਜਠਾਣੀ ਆ ਜਾਂ ਕੁਛ, ਮੈਂ ਕਿੱਦਾਂ ਇਹਨੂੰ ਰੱਖਣਾ ਸਮਝਣਾ। ਤੇ ਤੂੰ ਲਿਹਾਜ਼ ਕੀਤਾ ਉਹਦਾ? ਉਹ ਨਵੀਂ ਸਮਝ ਆਈ ਆ, ਤੂੰ ਉਹ ਨਾਲ ਮੀਆਂ ਢੇਰਾ ਲਾਉਂਦੀ, ਜਿਹੜੀ ਗੱਲ ਕਰਨੀ ਮੰਨੇ ਨਾ ਕਰ। ਅੱਜ ਕੱਲ੍ਹ ਦੀ ਉਹ ਆਈ ਆ, ਉਹ ਚਾਹੁੰਦੀ ਨਾ ਤੇ ਜਵਾਬ ਨਹੀਂ ਵੀ ਦੇ ਸਕਦੀ, ਪਰ ਉਹਨੇ ਜਵਾਬ ਦਿੱਤਾ, ਉਹਨੇ ਆਪਣੇ ਕੱਤਾ ਪਾ ਵਿਖਾ ਦਿੱਤੇ ਆ ਨਾ। ਉਹ ਬਲਜੀਤ ਸਿਆਣੇ ਸੱਚ ਹੀ ਕਹਿੰਦੇ ਆ, ਜਿੱਦਾਂ ਦੀ ਆਵਾਜ਼ ਖੂਜ ਦੇਵਾਂਗੇ ਨਾ ਉਦਾਂ ਦੀ ਬਾਹਰ ਆਉਣੀ ਆ। ਆਹੋ ਹੁਣ ਮੇਰੇ ਦੁਆਲੇ ਹੋ ਜਾਓ, ਹੋਰ ਤਾਂ ਤੁਹਾਨੂੰ ਕੋਈ ਲੱਭਦਾ ਹੀ ਨਹੀਂ ਆ ਮੇਰੇ ਤੋਂ ਸਿਵਾ। ਤੇ ਜਦੋਂ ਪੰਗੇ ਤੂੰ ਲੈਣੀ ਆ ਤੇ ਤੇਰੇ ਨਾਲ ਲੜਨਾ ਵਾ, ਹੋਰ ਕੰਨਾਂ ਨਾਲ ਲੜਾ। ਹੁਣ ਰਘਬੀਰ ਘਰ 'ਚ ਕਹਿਣਾ ਵੀ ਪੈਂਦਾ ਵਾ, ਰੋਜ਼ ਉਹਨੂੰ ਖੰਭ ਲਾ ਛੱਡਦੇ ਗੱਡੀ ਨੂੰ, ਮੈਨੂੰ ਬਹੁਤ ਗੁੱਸਾ ਚੜਦਾ, ਸਿੱਧੀ ਜਿਹੜੀ ਗੱਲ ਵਾ। ਤੇ ਕਹਿਣ ਦਾ ਕੋਈ ਤਰੀਕਾ ਹੁੰਦਾ ਵਾ, ਠਾ ਸੁੱਟਾ ਨਹੀਂ ਮਾਰੀਦਾ ਹੋਈਦਾ। ਮੈਂ ਤੇ ਸੱਚੀ ਇਹ ਤਰੀਕੇ ਹੀ ਲੱਭਦੀ ਰਹਿਨੀ ਆ, ਤਰੀਕੇ ਨਹੀਂ ਤੁਹਾਡੇ ਪੂਰੇ ਹੁੰਦੇ, ਤਾਂ ਉਹਨੂੰ ਧੁੱਪੇ ਲਾ ਦਿੱਤਾ ਆਪਣੀ ਮਾਂ ਨੂੰ। ਉਹ ਮਾਂ ਵਾ ਤੇਰੀ, ਮੇਰੀ ਤਾਂ ਸਾਸੂ ਮਾਂ ਵਾ, ਲੈ ਕੇ ਤੂੰ ਆਈ ਉਹਨੂੰ। ਕੀ ਆਖਿਆ ਮੇਰੀ ਮਾਂ ਵੱਲ ਕੀ ਕਰਨ ਗਏ ਆ? ਵੇਖਿਆ ਏਦਾਂ ਸੇਕ ਲੱਗਦਾ ਈ ਓ, ਜਦੋਂ ਮੇਰੀ ਮਾਂ ਨੂੰ ਕਹਿੰਦਾ ਮੈਨੂੰ ਵੀ ਏਦਾਂ ਗੁੱਸਾ ਲੱਗਾ ਸੀ। ਜੇ ਮੇਰੀ ਮਾਂ ਘਰ ਹੋਵੇ ਤਾਂ ਤੇਰੀ ਲੜਾਈ, ਜੇ ਬਾਹਰ ਗਈ ਤਾਂ ਤੇਰੀ ਲੜਾਈ, ਜਾਂ ਇੱਦਾਂ ਕਰ ਠੰਡੀ ਦੀ ਲੱਸੀ ਬਣਾ ਕੇ ਦੇ ਹੁਣ, ਤੇ ਮੈਂ ਕਿਤੇ ਕੰਮ ਧੰਦਾ ਕਰ ਲਾਂ। ਮੇਰੀ ਸੁਣ ਲਓ ਗੱਲ, ਹੁਣ ਹਾਂ ਲੱਸੀ ਤੁਹਾਨੂੰ ਮੈਂ ਪਿਆਲ ਦਿੰਦੀ ਹਾਂ, ਜਾਓ ਚਾਬੀ ਫੜ ਕੇ ਲਿਆਓ। ਚਾਬੀ? ਚਾਬੀ ਨੂੰ ਛੱਡ ਖੜਾ, ਲੱਸੀ ਬਣਾ ਲਾ ਤੇ ਨਾਲ ਹੀ ਆਪਣੀ ਮਾਂ ਨੂੰ ਫੋਨ ਲਾ ਲਾ, ਐਸੇ ਬਹਾਨੇ ਆਪਾਂ ਨੂੰ ਯਾਦ ਕਰ ਲਿਆ, ਨਾਲੇ ਘਰੇ ਚੁਗਲੀਆਂ ਕਰ ਲਈ। ਅੱਛਾ ਮਤਲਬ ਇਹਦਾ ਚਾਬੀ ਨਹੀਂ ਲਿਆਉਣੀ? ਤਾਂ ਜਾ ਲੈਂਦੇ, ਹੁਣ ਨਵਾਂ ਸਮਾਂ ਉਹਦਾ ਵਿਆਹ ਹੋਇਆ ਵਾ, ਬੁਰੇ ਲੱਗੀ ਦਾ ਵਾ। ਹੁਣ ਮੈਂ ਕੱਲਾ ਲੂਣ ਹੀ ਨਹੀਂ ਵਿੱਚ ਹਲਦੀ ਵੀ ਪਾ ਕੇ ਲਿਆਉਂ। ਚੱਲ ਹਲਦੀ ਚੰਗੀ ਹੁੰਦੀ ਆ, ਖੰਡ ਮਾਸਾ ਵੱਧ ਪਾ ਲਈ ਫਿਰ। ਚੱਲ ਕੋਈ ਨਹੀਂ, ਜਿਹੜੀ ਹਲਦੀ ਜਿਹੜੀ ਮਾੜੀ ਆ, ਜਿੰਨੇ ਤੂੰ ਬੋਲ ਬੋਲ ਕੇ ਟੌਰਚਰ ਕਰਦੀ ਆ ਨਾ, ਜਿੰਨੇ ਤੂੰ ਜ਼ਖਮ ਦਿੱਤੇ ਆ, ਮਾਸਾ ਹਲਦੀ ਅਸਰ ਹੀ ਕਰ ਲੂ ਉੱਤੇ। ਉਹ ਆ ਗਿਆ ਯਾਰ, ਬਸ ਤੁਰ ਲੱਗਾ, ਗੜੀ ਬਹਿਣ ਲੱਗਾ। ਹਾਂ ਬਸ ਆ ਗਿਆ। ਓਕੇ ਨਹੀਂ ਤੁਸੀਂ ਇੱਥੇ ਫੋਨ ਤੇ ਲੱਗੇ ਆ ਤੇ ਮੈਂ ਤੁਹਾਨੂੰ ਅੰਦਰ ਲੱਭੀ ਜਾਂਦੀ ਆ। ਉਹ ਮੁੰਡਿਆਂ ਦਾ ਫੋਨ ਆਉਂਦਾ ਕਹਿੰਦੇ ਛੱਤੀ ਆ, ਕੀ ਹੋਇਆ ਵਾ? ਆ ਫੜੋ ਚਾਬੀ, ਚਾਬੀ ਲੈਣ ਗਈ ਸੀ ਤੇ ਛੱਤੀ ਛੱਤੀ ਗੱਲਾਂ ਕੀਤੀਆਂ ਤੁਹਾਡੀ ਭਾਬੀ ਨੇ। ਕੀ ਆਂਦੀ ਆ ਵੀ ਗੱਡੀ ਕਾਹਤੋਂ ਲੈ ਕੇ ਗਏ, ਇੱਦਾਂ ਉਦਾਂ ਪਿੱਛੇ ਹੋਣੀ ਲਿਆਉਂਦੀ। ਹੱਦ ਹੋ ਗਈ ਭਾਬੀ ਵਾਲੀ ਵੀ, ਭਾਬੀ ਦਾ ਕੰਮ ਹੀ ਕਲੇਸ਼ ਪਾਉਣਾ ਵਾ ਨਾ 24 ਘੰਟੇ ਹੀ। ਚਲੋ ਅੱਜ ਤਾਂ ਮੈਨੂੰ ਖੜਨੀ ਪੈਣੀ, ਮੁੰਡਿਆਂ ਨੂੰ ਕਿਹਾ ਬੈਠਾ ਵਾ ਗੱਡੀ,
ਆ ਕੇ ਮੈਂ ਕਰਦਾ ਗੱਲ। ਨਹੀਂ ਮੇਰੀ ਗੱਲ ਸੁਣ ਲੋ ਇੱਕ, ਉਹ ਹੋਰ ਹੋਣੀਆਂ ਜਿਹੜੀਆਂ ਗੱਲਾਂ ਸੁਣ ਲੈਂਦੀਆਂ, ਮੈਂ ਨਹੀਂ ਕਿਸੇ ਦੀ ਗੱਲ ਗੁੱਲ ਸੁਣਨੀ ਇੱਥੇ। ਮੈਂ ਨਹੀਂ ਤੈਨੂੰ ਕਹਿੰਦਾ ਚੁੱਪ ਰਹਿ, ਬਸ ਮੰਮੀ ਕਰੀ ਤਾਂ ਬੋਲੀ ਤੇ ਭਾਬੀ ਨੇ ਜਿੱਦਾਂ ਮਰਜ਼ੀ ਬੋਲਣੀ, ਪੂਰਾ ਜਵਾਬ ਦੇ ਉਹਦੇ। ਮੈਂ ਕਹਾਂ ਤੂੰ ਮੰਮੀ ਨਾਲ ਬੋਲਣਾ ਆ। ਨਹੀਂ ਫੇਰ ਵੀ ਇਹ ਨਾ ਕਿਵੇਂ ਖੁੱਲ ਦੇ ਦਿੱਤੀ, ਮੰਮੀ ਗਾੜੀ ਬੋਲਣਾ ਮਾਵਾਂ ਝਿੜਕਦੀਆਂ ਹੁੰਦੀਆਂ ਵਾ, ਪਰ ਭਾਬੀ ਨੂੰ ਪਤਾ ਭਾਬੀ ਕਿੱਦਾਂ ਦੀ ਹੈਗੀ ਆ, ਭਾਬੀ ਗਾੜੀ ਜਵਾਬ ਦੇ ਜਾ ਕਰੀ। ਜਿਹੜਾ ਜੀ ਜਿਹੜਾ ਜੀ ਕਹੋ ਜੀ ਕਹੋ ਜੀ ਕਹੋ ਜੀ ਕਹੋ ਜੀ ਕਹੋ। ਸੁੱਖ ਠੀਕ ਆ? ਹਾਂਜੀ ਠੀਕ ਆ। ਤੇ ਤੂੰ ਟੈਨਸ਼ਨ ਨਾ ਲਿਆ ਕਰ ਯਾਰ। ਟੈਨਸ਼ਨ ਤੇ ਸਭ ਹੀ ਹੁਣ ਫੇਰ ਇੱਕ ਹੋਰ ਪੈ ਗਈ ਆ। ਕਾਦੀ? ਵੇਖੋ ਮੰਮੀ ਕਿਤੇ ਮਗਰ ਆਈ ਇੱਕ ਵਾਰੀ ਵੀ ਆਣ ਕੇ ਪੁੱਛਿਆ ਵੀ ਕੀ ਹਾਲ ਠੀਕ ਆ ਜਾਂ ਨਹੀਂ ਠੀਕ। ਅੱਛਾ ਤੇ ਤੈਨੂੰ ਇੰਨਾ ਨਹੀਂ ਪਤਾ ਵੀ ਜਿੱਦਣ ਤੂੰ ਪੇਕੇ ਭੱਜ ਗਈ ਉਦੋਂ ਤੂੰ ਮੰਮੀ ਨੂੰ ਦੱਸ ਕੇ ਗਈ ਅਗਲੀ ਨੇ ਗੁੱਸਾ ਕੀਤਾ ਵਾ ਤੇ ਉਹਦਾ ਕਰਨਾ ਗੁੱਸਾ ਵੀ ਜਾਇਜ਼ ਆ। ਤੇ ਯਾਰ ਮੈਂ ਕਿਤੇ ਉੱਪਰੇ ਥਾਂ ਗਈ ਆਪਣੀ ਮਾਂ ਨੂੰ ਵੀ ਮਿਲਣ ਗਈ। ਜੇ ਉੱਥੇ ਹੀ ਉਦੋਂ ਫੋਨ ਲਾ ਕੇ ਮੰਮੀ ਨੂੰ ਦੱਸ ਦੇਣੀ ਕੀ ਹੋ ਜਾਣਾ ਸੀ ਦੱਸ, ਲੜਾਈ ਹੁੰਦੀ। ਮੈਂ ਤੇ ਆਪ ਚੋਰੀ ਚੋਰੀ ਮਿਲ ਕੇ ਆਈ ਉੱਥੇ ਸੁੱਜਣ ਡਿਆ ਸੀ ਫੋਨ, ਹੁਣ ਤੁਸੀਂ ਸਦੋਂ ਫੋਨ ਕਰਕੇ ਆਪਣੀ ਮਾਂ ਨੂੰ ਸੱਦਣ ਡੇ ਜੀ। ਆਪਣੀ ਮਾਂ ਨੂੰ ਮਿਲਣ ਚੱਲ ਗਈ ਕੀ ਹੋ ਗਿਆ ਵਾ, ਹੁਣ ਵੀ ਮੈਂ ਦੱਸਣਾ ਆਪਣੀ ਮਾਂ ਨੂੰ ਫੋਨ ਕਰਕੇ ਸੱਦਣਾ ਇੱਥੇ, ਨਾਲੇ ਤੇ ਮੈਨੂੰ ਮਿਹਣੇ ਮਾਰਨ ਸਾਡੇ ਗੱਲ ਗੱਲ ਤੇ ਮਿਹਣੇ ਮਾਰਦੀ, ਤੈਨੂੰ ਕੋਈ ਆਉਂਦਾ ਨੀ ਮਿਲਣ, ਜੇ ਮੈਂ ਚੱਲ ਗਈ ਮਿਲਣ ਤੇ ਇਹ ਗੱਲ ਤਾਂ ਵੀ ਮੇਰਾ ਬਣ ਗਿਆ ਹੁਣ। ਇੱਕ ਤੂੰ ਫੋਨ ਆਪਣੀ ਮਾਂ ਨੂੰ ਘੱਟ ਲਾਇਆ ਕਰ, ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇਰੇ ਭਰਾਵਾਂ ਨੂੰ ਤੇ ਤਮਾਸ਼ਾ ਉੱਥੇ ਵੀ ਲੱਗਣਾ ਹੀ ਹੋ ਤੇ ਇੱਥੇ ਆ ਜਾਣਾ ਉਹਨਾਂ ਨੇ। ਮੈਂ ਪੁਰਾਣੇ ਨੰਬਰ ਤੋਂ ਨਹੀਂ ਲਾਉਂਦੀ, ਸਾਡੀ ਨਵੀਂ ਸਿਮ ਲਈ ਉੱਤੋਂ ਲਾਉਣ ਡਈ ਆ, ਨਵੇਂ ਨੰਬਰ ਦਾ ਨਹੀਂ ਉਹਨਾਂ ਨੂੰ ਪਤਾ। ਤੇ ਜੇ ਪਤਾ ਲੱਗ ਗਿਆ ਫੇਰ ਕਿੱਦਾਂ ਪਤਾ ਲੱਭੂਗਾ, ਇਹਨਾਂ ਨੇ ਚੁੱਕਿਆ ਮੈਂ ਅੱਗੋਂ ਕੱਟੀ ਜਾਣਾ, ਨਾਲੇ ਮੰਮੀ ਦਾ ਫੋਨ ਉਹ ਕਿੱਥੇ ਚੁੱਕਣ ਡਏ ਆ ਕੋਈ ਪਤਾ ਨਹੀਂ ਹੁੰਦਾ। ਤੁਸੀਂ ਮੈਨੂੰ ਡਰਾਓ ਨਾ ਗੱਲ ਕਰ ਕਰਕੇ, ਮੈਂ ਤੇ ਆਪਣੀ ਮਾਂ ਨਾਲ ਗੱਲ ਕਰਦੀ, ਤੁਸੀਂ ਆਪਣੀ ਮਾਂ ਤੋਂ ਬਿਨਾਂ ਰਹਿੰਦੇ ਜੇ ਉਹਦੀ ਸਾਈਡ ਲੈਂਦੇ ਨਾ, ਭਾਵੇਂ ਗਲਤੀ ਤੁਹਾਡੀ ਮੰਮੀ ਦੀ ਵੀ ਹੋਵੇ, ਏਦਾਂ ਮੈਨੂੰ ਵੀ ਮੇਰੀ ਮਾਂ ਦਾ ਫਿਕਰ ਆ, ਮੈਂ ਵੀ ਗੱਲ ਕਰਨੀ ਆ। ਕਰ ਬਾਬਾ, ਪਰ ਮੈਨੂੰ ਇਹ ਡਰ ਹੁੰਦਾ ਵੀ ਤਮਾਸ਼ਾ ਨਾ ਲੱਗੇ। ਤਮਾਸ਼ਾ ਉਦਾਂ ਕਿਹੜਾ ਘੱਟ ਲੱਗਣਾ, ਉਧਰ ਵੱਖਰਾ ਲੱਗਣਾ ਤੇ ਸਾਡੇ ਇੱਥੇ ਵੱਖਰਾ ਲੱਗਣਾ ਹੀ ਆ, ਤੈਨੂੰ ਪਤਾ ਹੀ ਆ। ਤੇ ਅੱਗੇ ਆਪਣੇ ਘਰ ਤੇ ਤਮਾਸ਼ਾ ਘੱਟ ਲੱਗਣ ਡਿਆ ਵਾ, ਲੱਗਣ ਹੀ ਡਿਆ ਰੋਜ਼, ਇੰਨਾ ਕਿਤੇ ਪਹਿਲਾਂ ਵੀ ਲੱਗਦਾ ਹੁੰਦਾ ਸੀ। ਮੇਰੇ ਐਂ ਕੋਈ ਜ਼ਿਆਦਾ ਹੀ ਲੱਗਣ ਡਿਆ, ਮੈਂ ਹੀ ਜ਼ਿਆਦਾ ਰੜਕਣ ਡਈ ਅੱਖਾਂ 'ਚ। ਕੁਛ ਨਹੀਂ ਜ਼ਿਆਦਾ ਲੱਗਣ ਡਿਆ, ਕੋਈ ਨਹੀਂ ਹੋਏ ਨਾ ਮੰਮੀ ਨੇ ਸਾਈਕਲ, ਦੋ ਚਾਰ ਦਿਨ ਲੱਗਦੇ ਹੁੰਦੇ ਆ, ਨਾਲੇ ਤੂੰ ਮੰਮੀ ਦਾ ਸੁਭਾਅ ਪਾਇਆ ਨਹੀਂ ਹਲੇ ਤੱਕ ਵੀ ਕੀ ਹਿਸਾਬ ਕਿਤਾਬ ਆ। ਮੰਮੀ ਤਾਂ ਹੱਦੋਂ ਹੀ ਪਰੋ ਕਰਨ ਡਈ ਆ, ਇੰਨਾ ਵੀ ਨਹੀਂ ਹੁੰਦਾ ਜਿੱਦਾਂ ਮੰਮੀ ਰਿਐਕਟ ਕਰਦੀ ਮਾੜੀ ਜਿਹੀ ਗੱਲ ਤੇ, ਇੰਨਾ ਬੋਲਦੀ ਇੰਨਾ ਬੋਲਦੀ ਕੋਈ ਹਿਸਾਬ ਨਹੀਂ, ਕਰੇਲੇ ਖਾਣੀ ਦੀ ਕੋਲੇ ਉੱਠਦਿਆਂ ਸਾਰੀ ਬਨੇਰੇ ਹੀ। ਦਾਜ ਦੇ ਮਿਹਣੇ ਮੁਹਣੇ ਮੈਂ ਨਹੀਂ ਉਹ ਸੁਣਨੇ ਹੈਗੇ, ਜਦੋਂ ਦੇਖੋ ਦਾਜ ਦੇ ਮਿਹਣੇ ਮਾਰਦੀ ਰਹਿੰਦੀ ਆ, ਤੁਹਾਨੂੰ ਵਿਆਹ ਦੀ ਕਾਹਲੀ ਪਈ ਸੀਗੀ, ਥੋੜਾ ਚਿਰ ਰੁਕ ਜਾਂਦੇ ਤਾਂ ਦੇ ਹੀ ਦੇਣਾ ਸੀ ਦਾਜ ਵੀ। ਉਹ ਮੈਨੂੰ ਨਹੀਂ ਦਾਜ ਦੀ ਭੁੱਖ ਭੱਖ ਆ ਗਈ, ਇੰਨੀ ਕਮਾਈ ਹੈਗੀ ਕਿ ਮੈਂ ਗੱਡੀ ਲੈ ਸਕਦਾ, ਕੀ ਬਾ ਤੇਰੇ ਕਰਮ ਨਾਲ ਮੈਂ ਗੱਡੀ ਜਿੱਤੀ ਲਵਾਂ, ਇਹ ਨਹੀਂ ਹੈਗਾ। ਤੇ ਜਿੱਤੀ ਕਿਉਂ ਨਹੀਂ? ਮੈਂ ਸਿੱਧਣੇ ਤੇਰੇ ਕਰਮਾਂ ਨਾਲ ਕਹਿਣ ਡਿਆ ਵਾਂ, ਇਹ ਕਰਮ ਜੁੜੇ ਹੁੰਦੇ ਕਿਸੇ ਨਾਲ, ਮੈਂ ਤਾਂ ਗੱਡੀ ਲੈ ਵੀ ਸਕਦਾ ਸੀ, ਕਰ ਤਾਂ ਕਹਿੰਦੇ ਦੋ ਗੱਡੀਆਂ ਕੀ ਕਰਨੀਆਂ ਵਾ, ਇਹਨਾਂ ਪੁਆੜਾ ਪਾਇਆ ਸੀ। ਪੁਆੜੇ ਤਾਂ ਹੁਣ ਮੈਂ ਪਾ ਕੇ ਦੱਸੂੰ, ਬਹੁਤਾ ਸ਼ੇਰ ਨਹੀਂ ਨਾ ਬਣੀ ਹੁਣ, ਜਦ ਮੈਂ ਖੁੱਲ ਦੇ ਦਿੱਤੀ ਇਹਦੇ ਪੁਆੜੇ ਨਾ ਪਾਈ ਜਾਂਦਾ ਹੁਣ। ਚੱਲ ਠੀਕ ਆ ਠੀਕ ਆ, ਬਹੁਤੀਆਂ ਗੱਲਾਂ ਨਾ ਮਾਰੋ, ਟਾਈਮ ਨਾ ਜਾਓ ਤੇ ਟਾਈਮ ਨਾ ਆਓ। ਚੱਲ ਠੀਕ ਆ, ਨਵਾਂ ਚਾਹ ਨਾ ਚਾੜਦੀ ਮਗਰ ਮਗਰੋਂ।
ਜਾਵਾਂ ਮੈਂ ਵੀ ਲੇਟ ਹੋ ਰਿਹਾ। ਇੱਕ ਗੱਲ ਹੈਗੀ ਆ, ਇੱਥੇ ਇਹੋ ਵਾਰਾ ਖਾਣੀ, ਜੇ ਉਹ ਵਿਚਾਰੀ ਆ ਜੀ ਨਾ, ਉਹਨੇ ਮੇਰੇ ਨੂੰ ਗੱਲਾਂ ਹੀ ਸੁਣਨੀਆਂ ਸੀ। ਚੱਲ ਰੱਬ ਉਹਨੂੰ ਵੀ ਖੁਸ਼ ਰੱਖੇ। ਅਤੇ ਗੱਲ ਇੱਕ ਹੋਰ ਵੀ ਆ, ਇਹ ਤਾਂ ਮਨਪ੍ਰੀਤ ਦੀ ਸਹੇਲੀ ਆ, ਜੇ ਇਹਨੂੰ ਪਤਾ ਲੱਗ ਗਿਆ ਇਹਨੇ ਹੋਰ ਪੁਆੜੇ ਪਾ ਲੈਣੇ ਆ। ਰੱਬਾ ਸੌਖੀ ਰੱਖੀ ਹੁਣ ਤਾਂ, ਨਾ ਹੀ ਪਤਾ ਲੱਗੇ। ਆ ਗਈ ਆ ਸਵਾਣੀ, ਇਹਨੂੰ ਕਹਿੰਦੀ ਆ ਭਾਂਡੇ ਮਾਂਜ, ਕਹਿ ਤੋਂ ਬਗੈਰ ਨਾ ਇੱਕ ਕੰਮ ਨਹੀਂ ਕਰਦੀ। ਮਾਂ ਵੀ ਕਹਿ ਕਹਿ ਕੰਮ ਕਰਾਉਂਦੀ ਆ, ਇੰਨਾ ਖੋਤਾ ਦਿਮਾਗ ਵਾ ਜਿਹੜਾ ਕੋਈ ਹਿਸਾਬ ਨਹੀਂ। ਸਭ ਕੋ ਮੇਰੇ ਜੁੰਮੇ ਪਿਆ, ਆਉਂਦੀ ਹੋਣੀ ਮਾਂ ਜੀ ਦੇਣੇ ਇਹਨੇ। ਕਿੰਨੀ ਗਰਮੀ ਆ, ਹਾਂਜੀ ਮੈਡਮ ਜੀ ਆ ਗਈ ਜੇ। ਇੱਦਾਂ ਕਰੋ, ਦੋ ਕੁ ਭਾਂਡੇ ਪਏ ਆ, ਮਾਂਜ ਲਓ। ਕੋਈ ਗੱਲ ਨਹੀਂ ਦੀਦੀ, ਮਾਂਜ ਲੈਂਦੀ ਹਾਂ। ਮੇਰੀ ਗੱਲ ਸੁਣੋ, ਬੈਠੀ ਨਾ ਰਹੀ, ਮੇਰੀ ਭੈਣ ਬੜੇ ਕੰਮ ਕਰਨ ਵਾਲੇ ਆ, ਉੱਠੂੰਗੀ ਮਾਂਜੂਗੀ ਤੇ ਫੇਰ ਹੀ ਕੰਮ ਨਿਬੜਨਾ ਵਾ, ਤੇ ਮੈਂ ਕੱਪੜੇ ਵੀ ਧੋਣੇ ਆ। ਆਹ ਮੰਨਾ ਲਾ ਕੇ ਰੱਖ ਗਿਆ ਵਾ ਪ੍ਰਾਹੁਣਾ ਤੇਰਾ, ਤੇ ਉਹ ਵੀ ਹਜੇ ਮੈਂ ਢੇਰ ਕੱਪੜਿਆਂ ਦਾ ਧੋਣਾ ਵਾ। ਉਹਨੂੰ ਪਤਾ ਭਾਬੀ ਨੇ ਧੋ ਹੀ ਦੇਣੇ ਆ, ਤੇ ਭਾਂਡੇ ਵੀ ਮੇਰੇ ਜੋਗੇ ਛੱਡੇ ਆ। ਬਹੁ ਵੇਖ ਕੇ ਮਾਂਜ ਲਿਆ ਕਰ, ਕਹਿ ਕਹਿ ਕੇ ਕੰਮ ਕਰਨਾ ਹੁੰਦਾ ਭਲਾ ਤੁਸੀਂ। ਕੋਈ ਗੱਲ ਨੀ ਦੀਦੀ, ਮਾਂਜ ਲੈਂਦੀ ਆ ਮੈਂ ਥੋੜੀ ਜਿਹੀ ਹਵਾ ਲੈ ਲਾ। ਗਰਮੀ ਬਹੁ ਮੈਨੂੰ ਵੀ ਲੱਗਦੀ ਆ, ਤੈਨੂੰ ਕੱਲੀ ਨੂੰ ਨੀ ਲੱਗਦੀ। ਜਦੋਂ ਗਰਮੀ ਹੈਗੀ ਹੈ ਤੇ ਗਰਮੀ ਲੱਗਣੀ ਆ, ਫਿਰ ਰੋਟੀ ਪਾਣੀ ਵੀ ਕਰਨਾ ਵਾ, ਥੋੜਾ ਕੁ ਨਾਲ ਹੀ ਆਟਾ ਮੰਡੋੜ ਦੀ ਚੰਗਾ। ਹਾਏ ਹਾਏ, ਇੱਦਾਂ ਕਾਹਤੋਂ ਇੰਨੀ ਆ, ਇੱਦਾਂ ਕਿਉਂ ਅੱਖਾਂ ਕੱਢੀਆਂ ਮੇਰੇ ਵੱਲ? ਨਹੀਂ ਮੈਂ ਤੈਨੂੰ ਕਹੀ ਤਾਂ ਜਾਂਦੀ ਆ, ਕਰ ਲੈਂਦੀ ਆ ਕੰਮ, ਤੁਸੀਂ ਵੀ ਮਗਰੀ ਪੈ ਜਾਂਦੇ ਇੱਕੋ ਵਾਰੀ। ਹੈਂ, ਬਾਹਰੋਂ ਮੈਂ ਆਈ ਆ ਤੇ ਤਪੀ ਤੁਸੀਂ ਜਾਂਦੇ ਆ। ਹਾਏ ਹਾਏ, ਮੈਂ ਕਦੋਂ ਤੱਪੀ ਆ? ਮੈਂ ਤੇ ਉਦਾਂ ਕਹਿਣ ਦੀ ਆ, ਭਾਂਡੇ ਵੀ ਮੰਜਣ ਵਾਲੇ ਆ, ਆਟਾ ਵੀ ਗੁੰਨਣ ਵਾਲਾ ਵਾ। ਆ ਲੈ ਲੱਸੀ ਪੀ ਲਾ, ਠੰਡੀ ਹੋ ਜਾ। ਆ ਤੇਰੇ ਮੱਥੇ ਤੇ ਮੁੜਕਾ ਵੀ ਆਇਆ ਈਓ, ਇਹ ਵੀ ਪੂੰਝ ਲਾ। ਵੇਖ ਵੇ ਦਿਆਲ, ਇਹ ਦਬਕੇ ਮਾਰਦੀ ਉਹਨੂੰ, ਮੈਂ ਵੱਡੀ ਕਾਰ ਦੀ ਮਾਲਕ ਤੇ ਲੱਸੀ ਖਵਾ ਕੇ ਬਹਿ ਗਈ ਰਾਹ ਜੀ। ਸੋਰੀ ਦੀਦੀ, ਪਰ ਮੇਰੇ ਨਾਲ ਨਾ ਉੱਚੀ ਆਵਾਜ਼ 'ਚ ਨਾ ਗੱਲ ਕਰਿਆ ਕਰੋ, ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਕਰਦਾ। ਉਹ ਮੇਰੀ ਲੱਸੀ। ਹਾਏ ਵੀਰ, ਅਮਨ ਦਾ ਨਾ ਬੀਪੀ ਡਾਊਨ ਹੋ ਗਿਆ ਸੀ ਤੇ ਲੱਸੀ ਮੈਂ ਉਹਨੂੰ ਫੜਾ ਤੀ। ਉਹਦਾ ਬੀਪੀ ਤੇ ਹਾਈ ਹੋਇਆ ਵਾ, ਲੋ ਉਹਨੇ ਤੇਰਾ ਹੀ ਕਰ ਛੜਿਆ ਵਾ। ਹਾਏ ਨਹੀਂ, ਉਹ ਬੜੀ ਤਪਣ ਡੀ ਸੀ, ਬੜਾ ਉੱਚੀ ਉੱਚੀ ਬੋਲਣ ਡੀ ਸੀ। ਮੈਂ ਤੂੰ ਠੰਡੀ ਹੋ ਪਹਿਲਾਂ, ਤੁਹਾਡੀ ਕੋਈ ਗੱਲ ਨੀ, ਤੈਨੂੰ ਫੇਰ ਬਣਾ ਦੂੰਗੀ। ਇਹ ਤੋਂ ਪਤਾ ਕੀ ਸਾਬਤ ਹੁੰਦਾ ਵਾ ਕਿ ਸਵੇਰ ਨੂੰ ਸਵਾ ਸੇ ਟੱਕਰ ਪਿਆ ਵਾ, ਹੁਣ ਥੋੜਾ ਕੋ ਬਚ ਕੇ ਰਹੀ, ਉਹ ਨਾ ਤੇਰੀ ਧੌਣ ਤੇ ਉਹਨੇ ਗੋਡਾ ਰੱਖਿਆ ਹੋਵੇ। ਹਾਏ ਤੇ ਬੋਲਦੀ ਬੜਾ ਵਾ, ਤੇ ਹੋਲੀ ਜੀ ਨੇ ਕਹਿੰਦੀ, ਸੋਰੀ ਦੀਦੀ ਮੈਨੂੰ ਨਾ ਰੋਲਾ ਨੀ ਪਸੰਦ, ਮੈਨੂੰ ਤਾਂ ਸਮਝ ਹੀ ਨਹੀਂ ਆਈ ਤਪੀ ਕਿਹੜੇ ਵੇਲੇ ਤੇ ਨੋਰਮਲ ਕਿਹੜੇ ਵੇਲੇ ਹੋਈ। ਹੁਣ ਤੂੰ ਬਚ ਕੇ ਰਹੀ ਉਹਦੇ ਕੋਲ, ਹੁਣ ਮੈਂ ਚੱਲੇ ਬਾਹਰ। ਤੁਸੀਂ ਮੈਨੂੰ ਹੋਰ ਡਰਾਈ ਜਾਂਦੇ ਆ। ਡਰਾਈ ਨਹੀਂ ਜਾਂਦਾ, ਤੈਨੂੰ ਮੈਂ ਸਾਵਧਾਨ ਰਿਹਾ ਕਰਨ ਕਿ ਜਦੋਂ ਕਿਤੇ ਮੈਂ ਘਰ ਨਾ, ਉਦੋਂ ਭਾਵੇਂ ਬੋਲੀਗੀ ਮਾੜਾ ਚੰਗਾ ਉਹਨੂੰ, ਕੱਲੀ ਨੂੰ ਕੋਈ ਬੋਲਿਆ ਤੈਨੂੰ ਛਡਾਉਣਾ ਕਿਸੇ ਨੇ ਨਹੀਂ, ਉਹ ਮੰਨੇ ਨੇ ਵੀ ਨਹੀਂ ਛਡਾਉਣਾ। ਹਾਏ ਹਾਏ, ਇਹ ਤੇ ਗਲਤੀ ਕਰ ਲਈ, ਇਹਦੇ ਨਾਲ ਤੇ ਮਨਪ੍ਰੀਤ ਕਈ ਹਿੱਸੇ ਚੰਗੀ ਸੀ, ਗੱਲਾਂ ਤੇ ਸੁਣ ਲੈਂਦੀ ਨਾ, ਗਾੜੀ ਗੂੰਗੀ ਬਣੀ ਰਹਿੰਦੀ, ਕੂੰਦੀ ਨਹੀਂ ਸੀ। ਆ ਇੱਕ ਦੋ ਵਾਰੀ ਗੱਲਾਂ ਸੁਣਾਈਆਂ, ਅਗਲੀ ਕੋਈ ਨਹੀਂ, ਤੇ ਇਹਦੀ ਜ਼ੁਬਾਨ ਵੇ ਕਿਤੇ ਗਿੱਟਿਆਂ ਤੱਕ ਲਮਕਣ ਡਈ ਆ।
ਚੱਲ ਸੁੱਖ ਤੂੰ ਹੁਣ ਨਾ ਰੈਸਟ ਕਰ ਥੋੜ੍ਹੀ ਜੀ, ਪੈ ਇੱਥੇ ਲੰਮੇ ਤੇ ਮੈਂ ਡਾਕਟਰ ਨਾਲ ਗੱਲ ਕਰਦਾ ਵਾਂ ਵੀ ਆਹ ਗਲੂਕੋਜ ਹੋਰ ਕਿੰਨੇ ਕੁ ਲੱਗਣੇ ਆ, ਕਿੰਨੇ ਦਿਨ ਲੱਗਣੇ ਆ। ਚੱਲ ਪੁੱਛ ਲਓ ਕਰ ਲਓ ਗੱਲ ਫਿਰ। ਨਾ ਮਾਂ ਵਰਗਾ ਵਾ ਪੂਰਾ ਲਿੱਚੜ ਜਾ, ਇੱਕ ਗੱਲ ਨੂੰ ਫੜ ਲੈਂਦਾ ਸੌ ਵਾਰੀ ਕਰਦਾ, ਜਾਣ ਹੀ ਨਹੀਂ ਛੱਡਦਾ ਗੱਲ ਦੀ ਵੀ ਛੱਡ ਦੋ ਜਾਣ। ਡਾਕਟਰ ਸਾਹਿਬ ਹਾਂਜੀ, ਫਿਰ ਦਵਾਈ ਕਿੰਨੇ ਦਿਨ ਖਾਣੀ ਪਊ ਤੇ ਆਹ ਗਲੂਕੋਜ ਕਿੰਨੇ ਕੁ ਲੱਗਣੇ ਆ ਹੋਰ? ਮੈਡੀਸਿਨ 10 ਦਿਨ ਚੱਲਣੀ। ਅੱਛਾ, ਤੇ ਡ੍ਰਿਪ 3 ਦਿਨ ਲੱਗਣੀ। ਠੀਕ ਆ, ਛੋਟੇ ਹੀ ਲੱਗਣਗੇ ਨਾ? ਹਾਂ, ਜੋ ਟ੍ਰੀਟਮੈਂਟ ਹੁੰਦਾ ਹੋਇਆ ਇਨਫੈਕਸ਼ਨ ਜ਼ਿਆਦਾ। ਠੀਕ ਆ, ਹੋ ਜਾਊਗੀ ਉੱਦਾਂ ਸਹੀ? ਬਿਲਕੁਲ ਠੀਕ ਹੋ ਜਾਏਗਾ, 5 ਦਿਨ 'ਚ ਠੀਕ ਹੋਇਆ। ਠੀਕ ਜੀ, ਚਲੋ ਦਵਾਈ ਬਣਾ ਦਿਉ ਫਿਰ, ਗਲੂਕੋਜ 'ਤੇ ਥੋੜ੍ਹਾ ਜਿਹਾ ਰਹਿ ਗਿਆ। ਠੀਕ, ਮੈਂ ਮੈਡੀਸਿਨ ਲਿਖ ਦਿੰਦਾ। ਹਾਂ ਬਿਲਕੁਲ, ਤੁਸੀਂ ਲੈ ਜਾਓ। ਕੁੜੀ ਕੋਈ ਨਾ, ਮੈਂ ਹੋਇਆ ਵਾ, ਮੇਰਾ ਜੀ ਕਰਨ ਡਿਆ ਵਾ ਜਾਣ ਨੂੰ, ਤੇ ਜੇ ਚੱਲ ਗਈ ਤੇ ਐਵੇਂ ਰੌਲਾ ਹੀ ਪੈਣਾ। ਉਹਨਾਂ ਨੇ ਮੁੰਡਿਆਂ ਨੇ ਰੌਲਾ ਪਾਉਣਾ ਵਾ ਤੇ ਕਿੱਦਾਂ ਕਰਾਂ? ਚੱਲ ਪੈਂਦਾ ਤੇ ਪੈਂਦਾ ਰਹੇ, ਮੈਂ ਚਲੀ ਜਾਣਾ, ਚੱਲ ਜਾਂਦੀ ਹਾਂ, ਬੱਸ ਵੇਖਦੀ ਹਾਂ ਉੱਧਰਲੇ ਬੰਨੇ ਜਾਂਦੀ ਹਾਂ। ਮੋਟਰਸਾਈਕਲ ਹੀ ਬੜੇ ਆਉਣ ਡਏ ਆ ਤੇ ਲੰਘਦੇ ਆ ਤੇ ਫੇਰ ਲੰਘਣੀ। ਬੱਸ ਆਉਂਦੀ ਆ ਤੇ ਮੈਂ ਚਲੀ ਜਾਂਦੀ ਆ, ਜਦੋਂ ਨੂੰ ਹਨੇਰਾ ਹੋਣਾ ਉਦੋਂ ਨੂੰ ਤਾਂ ਮੈਂ ਓਦਾਂ ਮੋੜ ਆਉਣਾ ਵਾ। ਤੇ ਇੱਕ ਤਾਂ ਨਮੋਸ਼ੀ ਜੀ ਆਉਂਦੀ ਆ ਵੀ ਉਹਦੀ ਸੱਸ ਮੈਨੂੰ ਕੀ ਆਖੂਗੀ, ਤੇ ਕੁਛ ਮੈਂ ਖਾਣ ਨੂੰ ਵੀ ਨਹੀਂ ਲਿਆ, ਤੇ ਰੁਪਈਆ ਤਾਂ ਸਾਰਾ ਮੇਰੇ ਕੋਲ ਸਿਸੋ, ਜੇ ਮੈਂ ਉਹ ਖਾਣ ਨੂੰ ਲਿਆ ਤਾਂ ਉਹ ਭੱਜ ਜਾਣਾ, ਤੇ ਕੀ ਕਰਾਂ ਮੈਂ? ਕੁੜੀ ਨੂੰ 200 ਰੁਪਈਆ ਦਊਂ? ਚੱਲ ਕੀ ਕਰਨਾ ਹੁਣ, ਤੇ ਬੱਸ ਤੇ ਅਜੇ ਆਈ ਨਹੀਂ ਤੇ ਹੋਏ ਹਨੇਰਾ ਹੀ ਹੋ ਜਾਣਾ। ਕਰਾਂ ਨਾ ਮੈਂ ਉੱਧਰ ਗਈ ਤੇ ਨਾ ਮੈਂ ਇੱਧਰ, ਉੱਧਰ ਜੋਗੀ ਨਾ ਉੱਧਰ ਜੋਗੀ, ਜੀਤ ਮੇਰਾ ਘਰ ਦਾ ਬੜਾ ਮਿਲਣ ਕੁੜੀ, ਕੀ ਕਰਾਂ ਮੈਂ? ਐਵੇਂ ਚਿੱਤੀ ਚੀਜ਼ ਆਈ ਦੇ ਵਿੱਚ ਹੀ ਹਾਂ ਮੈਂ, ਕੀ ਕਰਾਂ ਹੁਣ ਮੈਂ? ਕੁੜੀਏ ਕੀਤੀ ਤੇ ਤੂੰ ਬੜੀ ਵੱਡੀ ਗਲਤੀ ਆ, ਹੁਣ ਮੈਂ ਕਿ ਅਸੀਂ ਕੀ ਕਰਾਂ ਮੈਂ ਦੱਸ? ਮੇਰਾ ਜੀ ਵੀ ਕਰਦਾ ਤੈਨੂੰ ਮਿਲਣ ਨੂੰ, ਤੇ ਕੀ ਕਰਾਂ ਮੈਂ? ਗਲਤੀ ਤੇ ਤੂੰ ਏਡੀ ਵੱਡੀ ਕਰ ਲਈ ਆ, ਹੁਣ ਮੈਂ ਮੁੰਡਿਆਂ ਕੋਲ ਵੀ ਡਰਦੀ ਆ ਤੇ ਜੀ ਵੀ ਮੇਰਾ ਕਰਦਾ ਵਾ ਤੇ ਗਾੜੀ ਵੀ ਮੈਨੂੰ ਨਮੋਸ਼ੀ ਆਉਂਦੀ ਆ, ਤੇ ਹੁਣ ਮੈਂ ਕੀ ਕਰਾਂ? ਫਿਰ ਪਿੰਡ ਨੂੰ ਚੱਲ ਜਾਂਦੀ, ਹਨੇਰਾ ਹੋ ਜਾਣਾ ਵਾ ਹੁਣ ਮੈਨੂੰ, ਫਿਰ ਕਿਤੇ ਵੇਖੂੰਗੀ। ਉਹ ਲੱਗਦੀ ਮੈਨੂੰ ਬੱਸ ਤੇ ਆਉਣ ਡਈ ਆ, ਪਿੰਡ ਨੂੰ ਚੱਲ ਜਾਂਦੀ ਆ, ਆ ਗਈ ਆ ਬੱਸ ਆ ਗਈ। ਕੀ ਆ ਯਾਰ, ਜੱਟ ਦੀ ਜੂਨ ਕਿੰਨੀ ਮਾੜੀ ਆ, 6 ਮਹੀਨੇ ਫਸਲ ਵੱਲ ਵੇਖੀਦਾ ਵੀ ਇਹ ਪੱਕੂਗੀ, ਮੰਡੀ 'ਚ ਖੜਾਂਗੇ, ਇਹਨੂੰ ਵੇਚਾਂਗੇ, ਇਹ ਵੱਟਾਂਗੇ, ਕੋਈ ਉਹ ਚੀਜ਼ ਲਿਆਵਾਂਗੇ, ਉਹ ਲਿਆਵਾਂਗੇ, ਪਰ ਜਦੋਂ ਪੱਕ ਜਾਂਦੀ ਆ ਫਿਰ ਮਾਲਕ ਹੀ ਆ ਨਾ ਇਹਨੂੰ ਹੁਣ ਬੋਰੀਆਂ 'ਚ ਪੈਣ ਦਿੰਦਾ, ਕੀ ਬੰਦਾ ਕਰੇ ਯਾਰ।
ਮੈਂ ਘਰ ਵੇਖਣ ਡਈ ਆ, ਮੈਂ ਜਦੋਂ ਵੇਨੀ ਉਦੋਂ ਇਧਰ ਝੋਨਿਆਂ ਵੱਲ ਆ ਜਾਂਦੇ ਆ। ਕੀ ਆ ਹੁਣ ਦੰਦਰ? ਮੈਨੂੰ ਬੜੀ ਆਸ ਸੀ ਪਿਆਰਕਾ ਝੋਨਾ ਸਾਡਾ ਚੰਗਾ ਵਾ, ਤੇ ਇਹ ਆ ਵੀ ਆਪਾਂ ਵੱਢਾਂਗੇ ਤੇ ਪੈਸੇ ਜ਼ਿਆਦਾ ਵੱਟੇ ਜਾਣਗੇ। ਤੇ ਕੱਲ ਇਹੋ ਹੀ ਗੱਲਾਂ ਹੋਣ ਡਈਆਂ ਸੀ ਵੀ ਕਿੰਨਾ ਵਧੀਆ ਝੋਨਾ ਵਾ ਤੇ ਅਰਕੀ ਚੱਲ ਚੰਗਾ। ਉਹ ਹੀ ਨਾ, ਤੇ ਵੇਖ ਲਾ ਇੱਕ ਮਿੰਟ ਦੇ ਵਿੱਚ ਬਾਬ ਰੌਲਾ ਆਇਆ, ਮੀਂਹ ਆਇਆ ਤੇ ਤਹਿਸ ਨਹਿਸ ਕਰ ਦਿੱਤਾ ਨਾ। ਇੱਕ ਜਿਹੜਾ ਕੁਰੇ ਚ ਘਰ ਹੁੰਦਾ ਵਾ ਨਾ, ਜਿੱਦਾਂ ਬੰਬੀਆਂ ਦੇ ਲੋਕੀ ਘਰ ਬਣਾ ਲੈਂਦੇ ਆ, ਉਦੋਂ ਜ਼ਿਆਦਾ ਦੁੱਖ ਹੁੰਦਾ ਵੇਖ ਕੇ। ਪਿੰਡੋਂ ਤੇ ਜਦੋਂ ਕੋਈ ਬੰਬੀ ਤੇ ਜਾਊਗਾ ਉਦੋਂ ਕੋਈ ਵੇਖੂਗਾ, ਫਸਲ ਬੁੜੀਆਂ ਕਿਹੜਾ ਬੰਬੀਆਂ ਤੇ ਜਾਂਦੀਆਂ ਜਾਂ। ਆਹੋ ਇਹ ਦੇਖਾਂ ਗੜੀ ਆ ਨਾ ਹੁਣ, ਹੁਣ ਵੇਖ ਪਾਣੀ ਵੇਖ ਲਓ ਤਾ ਵਿੱਚ, ਇਹਦੇ ਥੱਲੇ ਲੱਗ ਗਏ ਦਾਣੇ ਤੇ ਇਹਨੇ ਅੰਗੂਰ ਮਾਰ ਜਾਣਾ, ਫੇਰ ਇਹਦਾ ਕੋਈ ਫਾਇਦਾ ਹੋਇਆ? ਕੋਈ ਫਾਇਦਾ ਨਹੀਂ। ਜਿਹੜਾ ਜਿਹੜਾ ਦਿਨ ਤੇ ਸਾਨੂੰ ਉਦਾਂ ਹੀ ਦੇਖਦੇ ਸਾਡੇ ਜਿੱਦਾਂ ਦੇ ਹੈਗੇ ਆ, ਸਮਾਂ ਤੇ ਜਿਹੜਾ ਸਾਡਾ ਚੜਿਆ ਸਾਨੂੰ ਦੇਖਦਾ ਹੀ ਆ। ਉਹ ਤਾਂ ਪਤਾ ਹੀ ਲੱਗਣ ਡਿਆ ਕੀ ਇੰਨਾ ਮਾੜਾ ਸਮਾਂ। ਪੈਸੇ ਦਾ ਹੀ ਖਰਚਾ, ਪੈਸੇ ਦਾ ਹੀ ਖਰਚਾ। ਜੇ ਕੁੜੀ ਦਾ ਸ਼ੁਰੂ ਕਰ ਲਿਆ ਤੇ ਕਿੰਨੇ ਪੈਸੇ ਸਾਡੇ ਬੇਕਾਰ ਹੀ ਗਏ। ਉਹਨਾਂ ਪੈਸਿਆਂ ਦਾ ਕੋਈ ਨਾ ਮਾਂ ਨਾ ਪਿਓ ਹੈ, ਤੇ ਜੇ ਨਹੀਂ ਕੋਈ ਗੱਲ ਬਣਨੀ ਤੇ ਕੋਈ ਨਾ ਹੀ ਛੇੜ ਛੇੜਦੀ, ਤੇ ਚੱਲ ਸਾਡੀ ਧੀ ਤੇ ਸੇਫ ਰਹਿੰਦੀ। ਦੰਦਰ ਇਹ ਸਮੇਂ ਦੇ ਲੱਛਣ ਹੁੰਦੇ ਕੋਈ? ਚੱਲ ਅੱਛਾ ਕੋਈ ਨੀ, ਹੁਣ ਚਿੰਤਾ ਕਰਦੀ ਨੀ ਕੋਈ ਲੋੜ। ਮਾਲਕ ਜਿੱਥੇ ਰੱਖੂਗਾ ਨਾ ਉੱਥੇ ਰਹਿਣਾ ਪੈਣਾ, ਉੱਥੇ ਰਹਿਣਾ ਪੈਣਾ। ਸਹੀ ਗੱਲ। ਤੇ ਮਨਪ੍ਰੀਤ ਤਿਆਰ ਹੋਣ ਡਈ ਆ ਤੇ ਕਿੱਥੇ ਚੱਲੀ? ਮੈਂ ਉਹਨੂੰ ਤੇ ਪੁੱਛਿਆ ਨੀਗਾ, ਤੇ ਮੈਂ ਚੱਲ ਤੁਹਾਨੂੰ ਪੁੱਛਾਂ। ਅਸੀਂ ਚੱਲੇ ਆ ਕਿਤੇ? ਕਿੱਥੇ? ਜਦੋਂ ਮੈਂ ਤੈਨੂੰ ਆਖਿਆ ਨਾ ਦੱਸ ਦਾਂਗੇ ਤੈਨੂੰ ਅਸੀਂ। ਪਤਾ ਕੀ ਗੱਲ ਆ, ਜਦੋਂ ਕੰਮ ਹੋਊਗਾ ਤੇ ਫਿਰ ਅਸੀਂ ਨਾ ਲੈਣਾ ਵੀ ਅਸੀਂ ਆਹ ਕੰਮ ਕੀਤਾ, ਤੇ ਅਸੀਂ ਤੇ ਪਹਿਲਾਂ ਰੌਲਾ ਪਾ ਦਿੰਦੇ ਹਾਂ ਸਾਡਾ। ਜੇ ਕੰਮ ਕੋਈ ਗੱਲ ਅਸੀਂ ਸ਼ੁਰੂ ਦੀ ਕਰਦੇ ਤੇ ਅਸੀਂ ਪਹਿਲਾਂ ਦੱਸ ਦਿੰਦੇ ਅਸੀਂ ਫਲਾਨ ਕਰ ਲੱਗੇ, ਅਸੀਂ ਢੀਂਗ ਕਰ ਲੱਗੇ ਹਾਂ, ਉਹ ਕੰਮ ਸਾਡਾ ਉੱਥੇ ਹੀ ਰਹਿ ਜਾਂਦਾ ਵਿੱਚ ਹੀ। ਨਹੀਂ, ਘਰ ਦੇ ਵਿੱਚ ਕਿੰਨੇ ਕੁ ਜਾਣੇ ਆ, ਤੁਸੀਂ ਮੇਰੇ ਕੋਲ ਵੀ ਲਗਾ ਰੱਖਣਾ ਤੇ ਮੈਨੂੰ ਤੇ ਦੱਸ ਦਿਓ ਕਿੱਥੇ ਚੱਲੇ ਆ। ਜਦੋਂ ਹੋ ਜਾਊਗਾ ਨਾ ਕੰਮ ਉਦੋਂ ਮੈਂ ਤੈਨੂੰ ਦੱਸੂਗਾ, ਦੱਸ ਦੂੰਗਾ ਮੈਂ ਤੈਨੂੰ ਕਿੱਥੇ ਚੱਲੇ ਆ।